ਪਰਮ ਸਤਕਾਰਯੋਗ ਸਾਧ ਸੰਗਤ ਜੀ ਇੱਕ ਵਾਰੀ ਕੱਚ ਕੇ ਆਖੋ ਤਾਂ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਇੱਕ ਵਾਰੀ ਫਿਰ ਹਾਜ਼ਰ ਹਜੂਰ ਸਤਗੁਰੂ ਨੂੰ ਯਾਦ ਕਰਦੇ ਹੋਏ ਕੱਚ ਕੇ ਆਖੋ ਤਾਂ ਸ੍ਰੀ ਸਤਗੁਰੂ ਦੇ ਸਿੰਘ ਜੀ ਸਾਧ ਸੰਗਤ ਜੀ ਅੱਜ ਦੇ ਸਾਖੇ ਦਾ ਵਿਸ਼ਾ ਹੈ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਿਓ ਤਾਕੇ ਤਾ ਤਾਪ ਤਨਕ ਮੈਂ ਹਰੇ ਹੋ ਬੇਅੰਤ ਪਾਸ਼ਾ ਜੀ ਦੇ ਕਿਰਪਾ ਕਰਨ ਦੇ ਢੰਗ ਵੀ ਨਿਰਾਲੇ ਹਨ ਇੱਕ ਸਾਖੀ ਸੁਣੋ ਸ਼੍ਰੀ ਪੰਨੀ ਸਾਹਿਬ ਰਣ ਵਾਲੀ ਬੀਬੀ ਭੁਪਿੰਦਰ ਕੌਰ ਜੀ ਦੱਸੇ ਹਨ ਕਿ ਉਹ ਵਿਆਹ ਤੋਂ ਪਹਿਲਾਂ ਜਲੰਧਰ ਦੇ ਨੇੜੇ ਇੱਕ ਪਿੰਡ ਉੱਚਾ ਪਟਨਰਾ ਰਹਿੰਦੇ ਸਨ ਉਹਨਾਂ ਦੇ ਮਾਤਾ ਜੀ ਪੱਕੇ ਨਾਮਤਾਰੀ ਪਰਿਵਾਰ ਵਿੱਚੋਂ ਸਨ ਉਹਨਾਂ ਦੇ ਦਾਦਾ ਜੀ ਵੀ ਨਾਮਤਾਰੀ ਸਨ ਪਰ ਉਹਨਾਂ ਦੇ ਪਿਤਾ ਜੀ ਸ਼ਰਾਬ ਪੀਣ ਵਾਲੇ ਅਤੇ ਮਾਸ ਮੱਛੀ ਖਾਣ ਵਾਲੇ ਸਨ ਜਦੋਂ ਬੀਬੀ ਜੀ ਦੀ ਉਮਰ 19 ਸਾਲਾਂ ਦੀ ਹੋਈ ਤਾਂ ਉਹਨਾਂ ਦੇ ਪਿਤਾ ਜੀ ਨੇ ਉਹਨਾਂ ਦਾ ਵਿਆਹ ਇੱਕ ਸ਼ਰਾਬੀ ਮੁੰਡੇ ਨਾਲ ਕਰ ਦਿੱਤਾ ਤਾਂ ਕਿ ਉਹ ਦੇ ਘਰ ਦਾ ਜਾ ਕੇ ਉਹਨਾਂ ਨੂੰ ਸ਼ਰਾਬ ਮਿਲ ਸਕੇ ਬੀਬੀ ਚ ਸੋਰੇ ਘਰ ਜਾ ਕੇ ਬੜੇ ਦੁਖੀ ਹੋਏ ਉਹ ਆਪਣੇ ਮਾਤਾ ਜੀ ਦੀ ਮਤ ਸਦਕਾ ਧਾਰਮਿਕ ਸੰਸਕਾਰਾਂ ਵਾਲੇ ਸਨ ਜਦੋਂ ਸੋਰੇ ਘਰ ਮਾਸ ਬਣਦਾ ਤਾਂ ਉਹ ਬੜੇ ਦੁਖੀ ਹੁੰਦੇ ਉਹ ਅਰਦਾਸਾ ਕਰਦੇ ਕਿ ਸੱਚੇ ਪਾਸ਼ਾ ਜੀ ਕਿਰਪਾ ਕਰੋ ਮੇਰਾ ਇੱਥੋਂ ਛੁਟਕਾਰਾ ਹੋਵੇ ਸਤਗੁਰੂ ਜੀ ਦਾ ਕਿਰਪਾ ਕਰਨ ਦਾ ਢੰਗ ਵੀ ਨਿਰਾਰਈ ਸੀ ਇੱਕ ਵਾਰੀ ਉਹਨਾਂ ਦੇ ਪਰਿਵਾਰ ਆਪਣੇ ਰਿਸ਼ਤੇਦਾਰਾਂ ਦੇ ਘਰ ਕਿਸੇ ਮਾਤਮ ਤੇ ਗਿਆ ਉੱਥੇ ਉਹਨਾਂ ਦੇ ਪਤੀ ਦਾ ਕਿਸੇ ਨਾਲ ਝਗੜਾ ਹੋ ਗਿਆ ਅਤੇ ਉਹ ਪਤਾ ਨਹੀਂ ਕਿੱਥੇ ਚਲਾ ਗਿਆ ਬੀਬੀ ਜੀ ਆਪਣੇ ਸਹੁਰੇ ਪਰਿਵਾਰ ਨਾਲ ਘਰ ਵਾਪਸ ਆ ਗਏ ਕੁਝ ਪਤਾ ਨਹੀਂ ਸੀ ਲੱਗ ਰਿਹਾ ਕਿ ਉਹਨਾਂ ਦਾ ਪਤੀ ਕਿੱਥੇ ਹੈ ਸੱਤਾਂ ਦਿਨਾਂ ਬਾਅਦ ਉਹਨਾਂ ਦੇ ਪਤੀ ਦੀ ਲਾਸ਼ ਮਿਲੀ ਉਹਨਾਂ ਦੇ ਸਹੁਰਿਆਂ ਨੇ ਉਹਨਾਂ ਨੂੰ ਪੇਕੇ ਘਰ ਭੇਜ ਦਿੱਤਾ ਉਹਨਾਂ ਦੇ ਮਾਪੇ ਉਹਨਾਂ ਦਾ ਹੋਰ ਵਿਆਹ ਕਰਨਾ ਚਾਹੁੰਦੇ ਸਨ ਪਰ ਉਹ ਕਹਿੰਦੇ ਸਨ ਕਿ ਮੈਂ ਪੈਣੀ ਸਾਹਿਬ ਰਹਿ ਲਵਾਂਗੀ ਪਰ ਹੋਰ ਵਿਆਹ ਨਹੀਂ ਕਰਵਾਉਣਾ। ਉਹਨਾਂ ਨੇ ਉਹਨਾਂ ਦੇ ਕੁਛੜ ਇੱਕ ਸੱਤ ਮਹੀਨੇ ਦੀ ਬੇਟੀ ਵੀ ਸੀ। ਉਹਨਾਂ ਦੀ ਮਾਤਾ ਜੀ ਨੇ ਸੱਚੇ ਪਾਤਸ਼ਾਹ ਜੀ ਅੱਗੇ ਚਿੱਠੀ ਰਾਹੀਂ ਅਰਜ਼ ਕੀਤੀ ਕਿ ਮੇਰੀ ਬੇਟੀ ਦਾ ਪਤੀ ਵਿਆਹ ਤੋਂ ਸਵਾ ਸਾਲ ਬਾਅਦ ਗੁਜ਼ਰ ਗਿਆ ਹੈ। ਹੁਣ ਉਹ ਹੋਰ ਵਿਆਹ ਨਹੀਂ ਕਰਵਾਉਣਾ ਚਾਹਦੀ। ਆਪ ਜੀ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਭੇਜ ਕੇ ਬੀਬੀ ਜੀ ਨੂੰ ਪੈਣੀ ਸਾਹਿਬ ਬੁਲਾ ਲਿਆ ਅਤੇ ਗੁਰਮੇਜ ਸਿੰਘ ਜੀ लांगरे ਨਾਲ ਉਹਨਾਂ ਦਾ ਵਿਆਹ ਕਰ ਦਿੱਤਾ ਹੁਣ ਉਹ ਸਾਰਾ 18 ਸਾਲਾਂ ਤੋਂ ਪੈਣੀ ਸਵੀ ਰਹਿ ਰਹੇ ਹਨ ਉਹ ਦੱਸਦੇ ਹਨ 1997 ਸਾਲ ਵਿੱਚ ਉਹਨਾਂ ਦੇ ਪਿੱਤੇ ਪਿੱਤੇ ਵਿੱਚ ਪੱਥਰੀ ਹੋ ਗਈ ਜਿਹੜੀ ਕਿ ਬੜੀ ਦਰਦ ਕਰਨ ਵਾਲੀ ਸੀ ਉਹ ਪੀੜ ਨਾਲ ਤੜਫਦੇ ਹੁੰਦੇ ਸਨ ਇੱਕ ਰਾਤ ਉਹਨਾਂ ਨੂੰ ਸੁਪਨਾ ਆਇਆ ਕਿ ਉਹ ਪੀੜ ਨਾਲ ਬੜਾ ਤੜਫ ਰਹੇ ਹਨ ਇਸ ਦੌਰਾਨ ਉਹਨਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਹੋਏ ਉਹ ਇੱਕ ਛੋਟੀ ਗੱਡੀ ਤੇ ਬੈਠ ਕੇ ਕਦੀ ਅੱਗੇ ਅਤੇ ਕਦੀ ਪਿੱਛੇ ਜਾ ਰਹੇ ਸਨ। ਉਹਨਾਂ ਨੇ ਬੀਬੀ ਜੀ ਨੂੰ ਪੁੱਛਿਆ ਕਿ ਬੀਬੀ ਜੀ ਕੀ ਗੱਲ ਹੈ? ਬੀਬੀ ਜੀ ਨੇ ਦੱਸਿਆ ਕਿ ਮੈਨੂੰ ਬੜੀ ਦਰਦ ਹੋ ਰਹੀ ਹੈ। ਸੱਚੇ ਪਾਤਸ਼ਾਹ ਜੀ ਨੇ ਦੇ ਪੁੱਛਣ ਤੇ ਉਹਨਾਂ ਨੇ ਦਰਦ ਵਾਲੀ ਥਾਂ ਤੇ ਹੱਥ ਲਾ ਕੇ ਦੱਸਿਆ ਕਿੱਥੇ ਪੀੜ ਹੋ ਰਹੀ ਹੈ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ ਕਿ ਲੈ ਇਹ ਕਿਹੜੀ ਵੱਡੀ ਗੱਲ ਹੈ ਅਸੀਂ ਦਾਸ ਕਰ ਦਿੰਨੇ ਹਾਂ। ਸੱਚੇ ਪਾਸ਼ਾ ਜੀ ਨੇ ਅਰਦਾਸ ਕੀਤੀ ਤੇ ਬਿੱਬੀ ਜੀ ਵੀ ਹੱਥ ਛੋੜ ਕੇ ਖੜੇ ਹੋ ਗਏ ਅਜੇ ਅਰਦਾਸ ਅਧੂਰੀ ਹੀ ਸੀ ਕਿ ਉਹਨਾਂ ਦੇ 4-5 ਸਾਲ ਦੇ ਬੱਚੇ ਨੇ ਉੱਠ ਕੇ ਬਾਣੀ ਮੰਗਿਆ ਉਹ ਬੜੇ ਔਖੇ ਹੋਏ ਕਿ ਅਰਦਾਸ ਪੂਰੀ ਨਹੀਂ ਹੋਈ ਪਰ ਇਹ ਵੀ ਇੱਕ ਕੌਤਕ ਹੀ ਸੀ ਕਿ ਉਹਨਾਂ ਦੀ ਪੀੜ ਵੀ ਇੱਕਦਮ ਠੀਕ ਹੋ ਗਈ ਉਸ ਤੋਂ ਬਾਅਦ ਕੋਈ 2004 ਦੇ ਕਰੀਬ ਉਹਨਾਂ ਦੇ ਸਾਰੇ ਸਰੀਰ ਵਿੱਚ ਦਰਦ ਸ਼ੁਰੂ ਹੋ ਗਈਆਂ ਬਹੁਤ ਤਕਲੀਫ ਹੋਈ ਇਸ ਕਿਸੇ ਇਲਾਜ ਨਾਲ ਵੀ ਆਰਾਮ ਨਾਲ ਨਹੀਂ ਆ ਰਿਹਾ ਸੀ ਉਹ ਕੋਈ ਕੰਮ ਨਹੀਂ ਸੰਕਰ ਸਕਤੇ ਲੰਗਰ ਵੀ ਤਿਆਰ ਨਹੀਂ ਸੰਕਰ ਸਕਦੇ ਇਤੋਂ ਤੱਕ ਕਿ ਉਹਨਾਂ ਨੂੰ ਕਿਤੇ ਆਉਣਾ ਜਾਣਾ ਵੀ ਮੁਸ਼ਕਲ ਹੋ ਗਿਆ ਇਹ ਹਾਲਾਤ 5-6 ਸਾਲ ਤੱਕ ਰਹੇ 18 ਅਗਸਤ 2010 ਦੀ ਹੈ ਉਹਨਾਂ ਨੂੰ ਸੁਫਨੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਦੇ ਕੇ ਪੁੱਛਿਆ ਕਿ ਤੂੰ ਸੋਧ ਰੱਖੀ ਹੈ ਬੀਬੀ ਜੀ ਨੇ ਕਿਹਾ ਕਿ ਨਹੀਂ ਹੁਕਮ ਹੋਇਆ ਕਿ ਤੂੰ ਸੋਧ ਰੱਖ ਲੈ ਅਤੇ ਸਤਗੁਰੂ ਆਮ ਸਿੰਘ ਜੀ ਦੀ ਲੋਦਾ ਪ੍ਰਸ਼ਾਦਾ ਚੱਕਿਆ ਕਰ ਨਾਲੇ ਭਾਂਡੇ ਮਾਂਜਣ ਦੀ ਸੇਵਾ ਕਰਿਆ ਕਰ ਠੀਕ ਹੋ ਜਾਵੇਂਗੀ ਬੀਬੀ ਜੀ ਨੇ ਸਤਿਵਚਨ ਆਖ ਕੇ ਸਵੇਰੇ ਉੱਠ ਕੇ ਉਸੇ ਦਿਨ ਤੋਂ ਸੋਧ ਰੱਖ ਲਈ ਉਸ ਤੋਂ ਬਾਅਦ ਇੱਕਦਮ ਠੀਕ ਹਨ ਹੁਣ ਉਹ ਭਾਂਡੇ ਮਾਂਜਣ ਦੇ ਨਾਲ ਬਹੁਤ ਘਰ ਫੇਰਨ ਦੀ ਵੀ ਸੇਵਾ ਕਰਦੇ ਹਨ ਜਿਹੜੇ ਘਰ ਤੋਂ ਬਾਹਰ ਨਹੀਂ ਸਰ ਨਿਕਲ ਸਕਦੇ ਕੁੰਨ ਇਤਨੇ ਵਿਚਾ ਹਾਜ਼ਰ ਹੁੰਦੇ ਹਨ ਅਤੇ ਸਤਗੁਰੂ ਜੀ ਤੇ ਕੋਟਾਂ ਧੰਨਵਾਦ ਕਰਦੇ ਹਨ ਤਾਂ ਤਾਂ ਹਨ ਸਤਕੁਚਿਕ ਜੀ ਸਿੰਘ ਜੀ ਆਓ ਅਸੀਂ ਉਹਨਾਂ ਦੇ ਦਰ ਤੇ ਸੀਸ ਝੁਕਾ ਕੇ ਭਵ ਸਾਗਰ ਤੋਂ ਪਾਰ ਹੋ ਜਾਈਏ ਸਹਸ੍ਰੀ ਅਕਾ